ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ ਸਭ ਦਾ? ਹੋਪਲੀ ਸਾਰੇ ਹੋਣਗੇ ਘੈਂਟ। ਮੇਰਾ ਭਰਾ, ਮੇਰੀਆਂ ਭੈਣਾਂ ਜਿੰਨੀਆਂ ਵੀ ਵਲੋਗ ਦੇਖਦੇ ਪਏ ਆ, ਸਾਰੇ ਜਣੇ ਘੈਂਟ ਹੋਣਗੇ। ਅਤੇ ਪੂਰੇ 3 ਮਹੀਨਿਆਂ ਬਾਅਦ ਮੈਂ ਮੂੰਹ ਚੱਕ ਕੇ ਆ ਗਿਆ ਵੀਡੀਓ ਲੈ ਕੇ ਇੱਕ। ਸੋ ਉਹਦੇ ਵਾਸਤੇ ਯਾਰ ਸੱਚੇ ਦਿਲੋਂ ਮਾਫੀ ਕਿ ਪਿਛਲੇ 3 ਮਹੀਨੇ ਤੋਂ ਕੋਈ ਵੀ ਵੀਡੀਓ ਅਪਲੋਡ ਨਹੀਂ ਹੋਈ ਯੂਟਿਊਬ 'ਤੇ। ਉਹਦੇ ਵਾਸਤੇ ਬਹੁਤ ਜ਼ਿਆਦਾ ਯਾਰ ਸੋਰੀ ਕਰਦੇ, ਸਾਰੇ ਦਾ ਮੈਂ ਮਾਫੀ ਮੰਗਦਾ ਹਾਂ। ਅਤੇ ਇਸ ਗੱਲ ਦਾ ਮੈਨੂੰ ਰਿਲਾਈਜ਼ ਹੋਇਆ ਕੱਲ੍ਹ, ਅਤੇ ਉਹ ਤੋਂ ਹੀ ਪਹਿਲਾਂ 3, 4, 5, 6, 7, 8, 9, 10, 11, 12 ਪਤਾ ਨਹੀਂ ਕਿੰਨੇ ਭਰਾਵਾਂ ਨੇ ਮੈਨੂੰ ਕਿਹਾ ਸੀਗਾ ਕਿ ਭਾਅ ਜੀ ਵਲੋਗ ਨਹੀਂ ਆ ਰਹੇ, ਵਲੋਗ ਸ਼ੂਟ ਨਹੀਂ ਹੋ ਰਹੇ, ਵਲੋਗ ਕਿਉਂ ਨਹੀਂ ਅਪਲੋਡ ਹੁੰਦੇ ਪਏ। ਸੋ ਯਾਰ ਉਹਨਾਂ ਦੇ ਵਾਸਤੇ ਮੈਂ ਦੱਸਣਾ ਆ, ਛੋਟੀ ਜਿਹੀ ਅਪਡੇਟ ਦੇਣਾ ਕਰਨਾ ਆ ਕਿ ਪਿਛਲੇ ਜਿਹੜੇ 3 ਮਹੀਨੇ ਗਏ ਆ, ਮੈਂ ਇਹਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੋ ਗਿਆ ਸੀਗਾ। ਸੋ ਬਿਜ਼ੀ ਵੀ ਹੋ ਗਿਆ ਸੀਗਾ, ਥੋੜ੍ਹਾ ਡੀਮੋਟੀਵੇਟ ਵੀ ਹੋ ਗਿਆ ਸੀਗਾ, ਕਿਉਂਕਿ ਜਦੋਂ ਮੈਂ ਵਲੋਗ ਬਣਾ ਰਿਹਾ ਸੀਗਾ ਉਦੋਂ ਸ਼ੁਰੂ ਵਿੱਚ ਵਧੀਆ ਲੱਗਦਾ ਪਿਆ ਸੀ, ਹਾਂ ਮੈਂ ਵਲੋਗ ਬਣਾ ਰਿਹਾ, ਵਲੋਗ ਬਣਾ ਰਿਹਾ। ਤੁਹਾਡਾ ਵੱਲੋਂ ਬਹੁਤ ਵਧੀਆ ਰਿਸਪੋਂਸ ਮਿਲਦਾ ਸੀਗਾ, ਹੌਲੀ ਹੌਲੀ ਵਲੋਗ ਦੇ ਵਿੱਚ ਵਿਊ ਕੱਟੀ ਗਏ। ਸੋ ਉਹ ਵੀ ਨਹੀਂ ਸੀਗਾ ਕਿ ਚਲੋ ਉਹ ਤੁਹਾਡੇ ਉੱਪਰ ਡਿਪੈਂਡ ਹੈ ਕਿ ਸਾਡੀ ਚੀਜ਼ਾਂ ਤੁਹਾਨੂੰ ਪਸੰਦ ਆ ਰਹੀ ਜਾਂ ਨਹੀਂ ਆ ਰਹੀ, ਉਹ ਤੁਹਾਡੇ ਉੱਪਰ ਡਿਪੈਂਡ ਹੈ। ਅਤੇ ਉਹਦੇ ਕਰਕੇ ਵੀ ਇੱਕ ਆਹ ਰੀਜ਼ਨ ਸੀਗਾ, ਅਤੇ ਇੱਕ ਥੋੜ੍ਹਾ ਯਾਨੀ ਕਿ ਲਾਈਫ ਆ ਉੱਚਲ ਨੀਵੀਂ, ਉੱਚੀ ਨੀਵੀਂ, ਉੱਚੀ ਨੀਵੀਂ ਚੱਲਦੀ ਰਹਿੰਦੀ ਆ। ਸੋ ਇਹਦੇ ਕਰਕੇ ਮੇਰੇ ਵੀ ਲਾਈਫ ਦੇ ਵਿੱਚ ਉੱਪਰ ਥੱਲੇ ਪ੍ਰੋਬਲਮਸ ਆ ਰਹੀ ਆ ਸੀ। ਸੋ ਇਸ ਕਰਕੇ ਮੇਰਾ ਵਲੋਗ ਬਣਾਉਣ 'ਚ ਬਿਲਕੁਲ ਵੀ ਧਿਆਨ ਨਹੀਂ ਗਿਆ, ਸੋ ਉਹਦੇ ਵਾਸਤੇ ਮਾਫੀ। ਅਤੇ ਕਾਫੀ ਭਰਾਵਾਂ ਨੇ ਮੈਨੂੰ ਕਿਹਾ, ਕੱਲ੍ਹ ਪਰਸੋਂ ਮੈਨੂੰ ਭਰਾਵਾਂ ਨੇ ਕਿਹਾ ਕਿ ਭਾਅ ਜੀ ਤੁਹਾਡੇ ਵਲੋਗ ਨਹੀਂ ਆ ਰਹੇ, ਤੁਸੀਂ ਬੰਦ ਹੀ ਕਰ ਦਿੱਤੇ ਵਲੋਗ ਬਣਾਉਣੇ। ਸੋ ਉਦੋਂ ਮੈਨੂੰ ਲੱਗਾ ਕਿ ਹਾਂ ਵੀ ਯਾਰ ਜੇ ਭਰਾ ਮੇਰੇ ਕਹਿ ਰਹੇ ਆ ਤਾਂ ਸ਼ਾਇਦ ਕੁਛ ਤੁਹਾਨੂੰ ਵਧੀਆ ਲੱਗਦਾ ਹੋਊਗਾ ਵੀਡੀਓਜ਼ ਵਿੱਚ ਜਾਂ ਵਲੋਗ ਦੇ ਵਿੱਚ। ਸੋ ਮੈਂ ਬਸ ਆਹੀ ਛੋਟੀ ਜਿਹੀ ਅਪਡੇਟ ਦੇਣਾ ਆਇਆ ਕਿ ਮੈਂ ਛੇਤੀ ਤੋਂ ਛੇਤੀ ਨਾ ਵਲੋਗ ਬਣਾਉਣ ਦੀ ਖਿੱਚ ਰਹੀ ਆ ਤਿਆਰੀ ਹੁਣ, ਠੀਕ ਆ। ਮੈਂ ਇਹ ਵੀ ਕਿ ਮੈਂ ਹਫ਼ਤੇ ਵਿੱਚ 2 ਵਲੋਗ ਤਾਂ ਆਰਾਮ ਨਾਲ ਪਾਵਾਂ। ਸੋ ਉਹਦੇ ਵਾਸਤੇ ਯਾਰ ਸਭ ਤੋਂ ਪਹਿਲਾਂ ਇਹੀ ਗੱਲ ਤੋਂ ਮਾਫੀ ਮੰਗਦਾ ਕਿ 3 ਮਹੀਨੇ ਹੋ ਗਏ, 2 ਵਲੋਗ ਮੇਰਾ ਕੰਮ ਕਰਨ ਨੂੰ ਮਨ ਹੀ ਨਹੀਂ ਸੀ ਕਰਦਾ ਪਿਆ। ਬਹੁਤ ਕੁਝ ਹੋਇਆ ਸੀਗਾ 3 ਮਹੀਨੇ ਤਾਂ ਮੈਂ ਦੱਸੂਗਾ ਨਹੀਂ, ਤੁਸੀਂ ਕਹਿੰਦੇ ਸਿੰਪਥੀ ਭਾਲਦਾ। ਸੋ 3 ਮਹੀਨੇ ਦੇ ਬਹੁਤ ਕੁਝ ਹੋਇਆ ਸੀਗਾ। ਸੋ ਉਹਦੇ ਵਾਸਤੇ ਚਲੋ ਗੱਲਾਂ ਹੋ ਗਈਆਂ ਪੁਰਾਣੀਆਂ, ਸੋ ਮੈਂ ਅਪਡੇਟ ਹੀ ਦੇਣ ਆਇਆ ਆ ਕਿ ਵਲੋਗ ਹੁਣ ਛੇਤੀ ਛੇਤੀ ਆਣਗੇ। ਸੋ ਜਿਵੇਂ ਤੁਸੀਂ ਪਿਆਰ ਪਹਿਲਾਂ ਦਿੰਦੇ ਸੀਗੇ ਉਹਨਾਂ ਹੀ ਪਿਆਰ ਦੇਈ ਚੱਲਿਓ। ਸੋ ਬਾਕੀ ਤੁਸੀਂ ਪਿਆਰ ਕਰਦੇ ਹੀ ਆ ਸਾਨੂੰ, ਤੁਸੀਂ ਦੇਖਦੇ ਹੋ ਸਾਨੂੰ, ਸਾਨੂੰ ਵੀ ਖੁਸ਼ੀ ਹੁੰਦੀ ਆ ਕਿ ਮੈਨੂੰ ਭਰਾਵਾਂ ਨੇ ਬਾਹਰੋਂ ਕਿਹਾ ਆ ਕਿ ਭਾਅ ਜੀ ਆਹ ਵਲੋਗ ਅਪਲੋਡ ਕਰੋ, ਵਲੋਗ ਅਪਲੋਡ ਕਰੋ, ਵਲੋਗ ਅਪਲੋਡ ਕਰੋ। ਮੈਂ ਕਿਹਾ ਚਲੋ ਹੁਣ ਕਰ ਦਿੰਦੇ ਹਾਂ ਭਰਾਵਾਂ ਨੇ। ਬਾਕੀ ਜਿਵੇਂ ਤੁਸੀਂ ਪਿਆਰ ਪਹਿਲਾਂ ਬਣਾਉਂਦੇ ਸੀਗੇ ਇੱਦਾਂ ਹੀ ਬਣਾਈ ਰੱਖੋ, ਅਤੇ ਬਾਕੀ ਕੀਪ ਸਪੋਰਟਿੰਗ, ਕੀਪ ਲਵਿੰਗ, ਐਂਡ ਆਈ ਲਵ ਯੂ ਟੂ ਆਲ ਮਾਈ ਬ੍ਰਦਰਸ ਐਂਡ ਸਿਸਟਰਸ ਜਿਹੜੇ ਵਲੋਗ ਦੇਖਦੇ ਨੇ, ਕਮੈਂਟਸ ਕਰਦੇ ਨੇ, ਅਤੇ ਬਸ ਇੱਦਾਂ ਹੀ ਦੇਖੇ ਚਲਿਓ। ਐਂਡ ਵਲੋਗ ਨਾ ਆਉਣ ਦਾ ਇੱਕ ਕਾਰਨ ਇਹ ਵੀ ਸੀਗਾ ਕਿ ਅਰਜੁਨ ਵੀ ਆ ਥੋੜ੍ਹਾ ਬਿਜ਼ੀ ਚੱਲਣ 'ਤੇ, ਉਹਦੀ ਪੜ੍ਹਾਈ ਜਿਹੜੀ ਹੈਗੀ ਬਹੁਤ ਟਫ ਆ, ਸੋ ਐਡੀਟਿੰਗ ਦਾ ਕੰਮ ਹੈਗਾ। ਅਰਜੁਨ ਮੇਰੇ ਵਾਸਤੇ ਮੇਰੀ ਲਾਈਫ ਦੇ ਵਿੱਚ ਨਾ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿ ਅਰਜੁਨ ਬਹੁਤ ਯਾਰ ਬਿਜ਼ੀ ਰਹਿੰਦਾ ਆ। ਮੈਂ ਤਾਂ ਚਲੋ ਕੁਛ ਵੀ ਹੈ ਨਹੀਂ ਉਹਦੇ ਮੂਹਰੇ, ਅਰਜੁਨ ਯਾਰ ਪੜ੍ਹਾਈ ਦਾ ਪ੍ਰੈਸ਼ਰ ਆ, ਅਗਲਾ ਸਿੰਗਿੰਗ ਵੀ ਕਰਦਾ ਆ, ਬਹੁਤ ਕੁਛ ਕਰਦਾ, ਯਾਨੀ ਕਿ ਮੇ ਵੀ ਮੇਰੇ 'ਚੋਂ ਜੇ 100% ਆਪਾਂ ਕੰਮ ਕਰਦੇ ਹਾਂ, ਮੇਰਾ 30% ਦਾ ਕੰਮ ਹੁੰਦਾ, ਬਾਕੀ 70% ਅਰਜੁਨ ਦੇ ਕੋਲ ਜਾਂਦਾ ਆ ਕੰਮ। ਸੋ ਉਹਦਾ ਮੈਨੂੰ ਹੁੰਦਾ ਆ ਕਿ ਮੈਂ ਉਹਦੇ ਵੱਲ ਵੀ ਦੇਖ ਰਿਹਾ ਸੀਗਾ, ਉਹ ਵੀ ਵਿਚਾਰਾ ਨਹੀਂ ਕਰ ਪਾ ਰਿਹਾ ਹੈ ਨਾ। ਸੋ ਹੁਣ ਮੈਂ ਵੀ ਕੋਸ਼ਿਸ਼ ਆਹੀ ਰਹੂੰਗੀ ਕਿ ਆਪਾਂ ਛੇਤੀ ਛੇਤੀ ਹਫ਼ਤੇ ਵਿੱਚ 2 ਵਲੋਗ ਅਪਲੋਡ ਕਰੀਏ ਹਰ ਹਫ਼ਤੇ। ਸੋ ਜਿੱਦਾਂ ਤੁਸੀਂ ਪਿਆਰ, ਜੋ ਵੀ ਮੇਰਾ ਰੈਗੂਲਰ ਸ਼ਡਿਊਲ ਹੋਊਗਾ ਮੈਂ ਉਹ ਚੀਜ਼ ਕਰੂੰਗਾ। ਬਾਕੀ ਤੁਸੀਂ ਤੁਹਾਨੂੰ ਪਤਾ ਹੀ ਹੈ ਤੁਹਾਡਾ ਕੰਮ ਕੀ ਹੈ, ਤੁਸੀਂ ਪਿਆਰ ਕਰਨਾ ਹੈ ਸਾਨੂੰ, ਲਾਈਕ ਕਰਨਾ, ਕਮੈਂਟ ਕਰਨਾ। ਜਿਹਨੇ ਜਿਹਨਾਂ ਨੇ ਵਲੋਗ ਦੇਖਣਾ ਆ ਅਤੇ ਥੱਲੇ ਕਮੈਂਟ ਬੋਕਸ ਪੂਰਾ ਭਰ ਦਿਓ ਕਿ ਭਾਅ ਜੀ ਸਾਨੂੰ ਵਲੋਗ ਆਵੇ, ਵਲੋਗ ਆਵੇ, ਵਲੋਗ ਆਵੇ, ਵਲੋਗ ਆਵੇ, ਵਲੋਗ ਆਵੇ। ਉਹਨਾਂ ਮੈਂ ਮੋਟੀਵੇਟ ਹੋਊਂਗਾ, ਉਹਨਾਂ ਵਧੀਆ ਵਧੀਆ ਮੈਂ ਕੋਸ਼ਿਸ਼ ਕਰੂੰਗਾ ਬਣਾਉਣ ਦੀ ਕਿ ਹਾਂ ਵੀ ਵਲੋਗ ਬਣਾਇਆ ਜਾਵੇ। ਬਾਕੀ ਜੇ ਕੋਈ ਪਿਛਲੇ ਵਲੋਗਾਂ 'ਚ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਉਹਦੇ ਵਾਸਤੇ ਮਾਫੀ, ਇਸ ਵੀਡੀਓ ਵਿੱਚ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਇਸ ਵਲੋਗ ਲਈ ਮਾਫੀ। ਬਾਕੀ ਤੁਹਾਨੂੰ ਪਤਾ ਹੀ ਆ ਜਿਵੇਂ ਤੁਸੀਂ ਪਿਆਰ ਦਿੰਦੇ ਹੋ ਉੱਦਾਂ ਹੀ ਚਲੋ। ਕੀਪ ਸਪੋਰਟਿੰਗ, ਕੀਪ ਲਵਿੰਗ, ਆਈ ਲਵ ਯੂ ਆਲ। ਜਿਹੜੇ ਜਿਹੜੇ ਵੀਡੀਓ ਦੇਖਦੇ ਪਏ ਆ ਉੱਦਾਂ ਹੀ ਸਪੋਰਟ ਕਰਦੇ ਰਹੋ, ਅਤੇ ਵਲੋਗ ਆਊਂਗਾ ਬਹੁਤ ਛੇਤੀ।
ਤਦ ਤੱਕ ਲਈ ਟੇਕ ਕੇਅਰ, ਗੁੱਡ ਬਾਏ, ਬਾਏ 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 ਬਾਏ।